ਅਸਲਾਮ ਵਾਲੇਕਮ ਨਾਜ਼ਰੀਨ ਰੂਮੀਓ ਜਲਪ ਡੀਐਮਐਚ ਨਿਊਜ਼ ਤੋਂ ਤੁਹਾਡੇ ਵਾਸਤੇ ਸੋਹਣਾ ਪ੍ਰੋਗਰਾਮ ਲੈ ਕੇ ਆਇਆ ਹੈ ਪੰਜਾਬ ਕਲਚਰ ਜਿਸ ਦੇ ਵਿੱਚ ਤੁਹਾਨੂੰ ਮੈਂ ਹਮੇਸ਼ਾ ਹਰ ਉਹ ਸ਼ਾਇਰ ਦੱਸਦੇ ਜਿਹੜੇ ਤੁਹਾਡੇ ਪੰਜਾਬ ਦੇ ਵਿੱਚ ਲੋਕਾਂ ਦੇ ਹਾਲਾਤ ਤੇ ਜ਼ਿੰਦਗੀ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਲੋਕਾਂ ਦੀਆਂ ਪਰੇਸ਼ਾਨੀਆਂ ਲੋਕਾਂ ਦੇ ਦੁੱਖ ਉਹ ਤੁਹਾਡੇ ਤੱਕ ਪਹੁੰਚਾਣਾ ਜ਼ਾਤਾਂ ਤੇ ਇਤਬਾਰ ਨਾ ਕਰ ਛੱਡ ਦੇ ਸਭ ਬਖੇੜੇ ਬੁੱਲੇ ਸ਼ਾ ਵਰਗੇ ਵੀ ਕੰਜਰਾਂ ਦੇ ਕਰ ਸੌਦਾ ਟੋਂਦੇ ਵੇਖੇ ਅੱਜ ਅਸੀਂ ਕੁਝ ਜਾਤਾਂ ਦੇ ਮਤਲਕ ਗੱਲਾਂ ਕਰਾਂਗੇ ਮੇਰੇ ਸੋਹਣੇ ਭੈਣ ਭਰਾਓ ਅਸੀਂ ਨਮਾਜ਼ ਇਕੱਠਾ ਪੜਨੇ ਆ ਮੁਸਲਮਾਨ ਐ ਮਸਜਿਦ ਚ ਜਾਣੇ ਆ ਇਹ ਕੀ ਸਿਫਤ ਮੈਂ ਖੜੇ ਹੋ ਗਏ ਮਹਿਬੂਬੋ ਆਇਆਜ਼ਨਾ ਕੋਈ ਬੰਦਾ ਰਾਹ ਨਾ ਕੋਈ ਬੰਦਾ ਨਵਾਜ਼ ਲੇਕਿਨ ਜਦੋਂ ਅਸੀਂ ਵਾਪਸ ਸੜੀਆਂ ਉਤਰਦੇ ਆ ਮਸਜਿਦ ਤੋਂ ਤੇ ਅਸੀਂ ਕੰਨੇ ਤੂੰ ਮੋਚੀ ਐ ਤੂੰ ਮਲਕ ਐ ਤੂੰ ਤੇਲੀ ਐ ਇਹ ਜਿਹੜੀਆਂ ਇਹ ਚੀਜ਼ਾਂ ਨਾ ਜ਼ੇਬ ਨਹੀਂ ਦਿੰਦੀਆਂ ਸਾਨੂੰ ਕਿ ਅੱਲਾਹ ਤਾਲਾ ਨੇ ਹਰ ਇਨਸਾਨ ਨੂੰ ਬਰਾਬਰ ਬਣਾਇਆ ਦੂਸਰੇ ਮੁਲਕਾਂ 'ਚ ਇਹ ਚੀਜ਼ਾਂ ਨਹੀਂ ਆ ਲੇਕਿਨ ਸਾਡੇ ਹਾਂ ਬੜੇ ਸਹੀੜ 'ਚ ਜਾਤਾਂ ਨਾਲ ਬੜਾ ਕੰਮ ਖਰਾਬ ਹੁੰਦਾ ਜਾਤਾਂ ਛੋਟੀ ਹੋਵੇ ਵੱਡੀ ਹੋਵੇ ਉਹਦਾ ਕੋਈ ਮਤਲਬ ਹੈ ਸਾਡੇ ਇਸਲਾਮ ਦੇ ਵਿੱਚ ਐਸੀ ਕੋਈ ਗੱਲ ਨਹੀਂ ਜਾਤਾਂ ਦੇ ਮਤਲਬ ਲੇਕਿਨ ਅਸੀਂ ਜਾਤਾਂ ਬਣਾ ਲਈਆਂ ਕੀ ਕਰ ਸਕਨੇ ਆ ਅਸੀਂ ਜਾਤਾਂ ਦੇ ਵਿੱਚ ਉਲਝੇ ਹੋਏ ਆਂ ਤੇ ਮੇਰੇ ਸੋਹਣੇ ਭੈਣ ਭਰਾਓ ਜਾਤਾਂ ਦੀ ਉਲਝੀਆਂ ਹੋਏ ਆ ਲੇਕਿਨ ਸਾਨੂੰ ਆਪਣੀਆਂ ਜਾਤਾਂ ਦੇ ਮੁਤਲਕ ਹੀ ਨਹੀਂ ਪਤਾ ਉਹਨਿਕ ਜਿਹੜੀ ਜਾਤ ਹੈਗੀ ਰਾਈ ਬਰਾਦਰੀ ਉਹਦੇ ਮੁਤਲਕ ਮੈਂ ਕੁਝ ਕਵਾਂਗਾ ਕਹਿੰਦੇ ਨਾ ਜੇ ਪੁੱਤਰਾਂ ਸਾਈਂ ਦਾ ਵਸਾ ਨਾ ਘਾਈ ਰਾਈ ਦਾ ਮਤਲਬ ਹੈ ਜੀ ਵੀ ਥੋੜੀ ਜਿਹੀ ਮੈਂ ਸਟੋਰੀ ਦੱਸਾਂਗਾ ਕਿ ਰਾਈ ਜਿਹੜੇ ਹੁੰਦੇ ਨੇ ਹੁੰਦੇ ਤਾਂ ਹੀ ਬੜੇ ਸ਼ਰੀਫ ਹੈ ਅਮਨ ਪਸੰਦ ਹੈ ਮੁਹੰਮਦ ਬਿਨ ਕਾਸਮ ਦੇ ਨਾਲ ਬਰੇ ਸੰਗੀਤ ਚ ਦਾਖਲ ਹੋਏ ਆਜ਼ਾਦ ਮਿੰਨ ਯੂਸਫ ਨੇ ਉਹਨਾਂ ਨੂੰ ਭੇਜਿਆ ਇਹ ਤੇ ਕਬਜ਼ਾ ਕਰਨ ਵਾਸਤੇ ਤੇ ਜਿਹੜੀ ਰਾਹੀ ਕੌਮ ਹੈ ਆਰੀਆ ਕੌਮ ਦੇ ਵਿੱਚੋਂ ਸੀ ਆਰੀਆ ਕੌਮ ਇਹ ਅਰਬਾਂ ਦੇ ਵਿੱਚੋਂ ਆਇਆ ਸੀ ਫਲਸਤੀਨ ਤੋਂ ਆਏ ਸੀਗੇ ਤੇ ਇਹ ਬੜੇ ਜਫਾਕਾਸ਼ੀ ਮੁਹੰਮਦ ਬਿਨ ਕਾਸਮ ਨਾਲ ਕੋ 4000 ਬੰਦਾ ਸੀ ਫੌਜੀ ਆਰੀਆ ਜਦੋਂ ਸੀ ਆਰੀਆ ਤੁਸੀਂ ਪਹਿਲੇ ਬੱਚੇ ਹਮੇਸ਼ਾ ਜਿਹੜੀ ਇਹ ਤਾਰੀਖ ਦੀ ਕਿਤਾਬਾਂ 'ਚ ਆਰੀਆ ਕੌਮ ਦੇ ਮੁਤਲਕ ਬੜਾ ਪੜਿਆ ਹੋਏਗਾ ਤੁਸੀਂ ਤੇ ਜਿਹੜਾ ਜਦੋਂ ਆਇਆ ਮਮਬਕਬਿਨ ਕਾਸਮ ਜਦੋਂ ਵਾਪਸ ਗਿਆ ਤੇ ਇਹ ਨਹੀਂ ਗਏ ਉਹ ਇਸ ਕਰਕੇ ਨਹੀਂ ਗਏ ਉੱਥੇ ਹਜਾਤਬਿਨ ਯੂਸਫ ਤੇ ਹਮਲਾ ਹੋ ਗਿਆ ਸੀਗਾ ਉੱਥੇ ਬਗਾਵਤ ਪੈ ਗਈ ਸੀ ਜਿਹੜਾ ਉਸਮਾਨ ਸੀ ਜਿਹਨੇ ਬਗਾਵਤ ਕੀਤੀ ਸੀ ਉੱਥੇ ਬੜੀਆਂ ਸ਼ਕਤੀਆਂ ਕਰਤੀਆਂ ਸੀ ਉਹਨੇ ਬੜੇ ਮਤਲਬ ਕਾਨੂੰਨ ਲਾਗੂ ਕਰਦੇ ਸੀ ਐਸੇ ਕੋਈ ਲੋਕਾਂ ਦੇ ਮਤਲਬ ਹੈ ਕਿ ਸ਼ਕਤੀਆਂ ਨਹੀਂ ਕਰਤੀਆਂ ਸੀ ਲੋਕੀ ਬੜੇ ਇੱਥੇ ਪਰੇਸ਼ਾਨ ਸੀ ਤੇ ਜਿਹੜੇ ਮੁਹੰਮਦ ਬੀਨ ਕਾਸਮ ਨਾਲ تھے ਆ ਗਏ ਸੀਗੇ ਔਰ ਡਰਦੇ ਮਾਰੇ ਨਹੀਂ ਗਏ ਮੁਹੰਮਦ ਬੀਨ ਕਾਸਮ ਤੁਰ ਗਿਆ ਉਹ ਵੀ 7 ਮਹੀਨੇ ਉੱਥੇ ਰਿਹਾ ਕੈਚ ਉਹਦੇ ਬਾਅਦ ਫਾਤ ਪਾ ਗਿਆ ਇਹ ਜਿਹੜੇ ਲੋਕ ਸੀ ਇਹ ਅਮਨਪਸੰਦ ਜ਼ਿਆਦਾ ਸੀਗੇ ਲੇਕਿਨ ਸਮਝਦਾਰ ਬੜੀ ਰਾਈ ਕੌਮ ਸਮਝਦਾਰ ਬੜੀ ਹੈ ਆਪਣੇ ਕੰਮ ਨੂੰ ਕਢਾ ਵੀ ਲੈਂਦੀ ਹੈ ਇਨਨੇ ਕੰਮ ਤਾਂ ਵੀ ਬੜੀਆਂ ਕੀਤੀਆਂ ਨੇ ਖਾਸ ਕਰ ਪਾਕਿਸਤਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਰਾਈ ਬਰਾਦਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਇੱਥੇ ਫੈਸਲਾਬਾਦ ਨਾਲ ਚਲੇ ਜਾਓ ਇਧਰ ਤੁਸੀਂ ਸਿਆਲਕੋਟ ਵੱਲ ਚਲੇ ਜਾਓ ਬਹੁਤ ਰਾਈ ਬਰਾਦਰੀ ਹੈ ਮੇਰਾ ਚੱਲ ਵੀ ਰਾਈ ਨਾਲ ਹੈਗਾ ਜੀ ਲੇਕਿਨ ਮੈਂ ਇੱਕ ਇੱਕ ਗੱਲ ਕਰਾਂਗਾ ਕਿ ਰਾਈ ਅਵੰਤ ਪਸੰਦ ਤੇ ਬੜੀ ਹੈ ਲੇਕਿਨ ਇਹ ਇੱਕ ਦੂਸਰੇ ਦੇ ਕੰਮ ਨਹੀਂ ਆਉਂਦੇ ਮੈਂ ਜਿਹੜੀ ਹਕੀਕਤ ਬਿਆਨ ਕਰਾਂਗਾ ਉਹ ਹਕੀਕਤ ਹੋएगी ਚਾਹੇ ਮੈਂ ਖੁਦ ਰਾਈ ਹੋ ਕੇ ਗੱਲ ਕਰਾਂ ਇਸ ਕਰਕੇ ਇਹ ਲੋਗ ਡਰਦੇ ਨੇ ਦਰਪੋਕ ਵੀ ਹੁੰਦੇ ਨੇ ਜਿਹੜੀਆਂ ਦੂਸਰੀਆਂ ਕੰਮਾਂ ਇੰਨੀਆਂ ਦਰਪੋਕ ਨਹੀਂ ਹੁੰਦੀਆਂ ਜਿੰਨੀਆਂ ਰਾਈ ਲੋ ਦਰਪੋਕ ਹੁੰਦੇ ਨੇ ਤੇ ਇਹਦੀ ਇੱਕ ਮਲਕੀ ਮੈਂ ਤੁਹਾਨੂੰ ਕਹਾਂ ਕਿਉਂਕਿ ਇਹ ਜ਼ਿੰਮੇਦਾਰੀ ਕਰਦੇ ਨੇ ਇਸ ਜ਼ਿੰਮੇਦਾਰੀ ਦੇ ਸ਼ੋਭੇ ਦੇ ਵਿੱਚ ਇਹਨਾਂ ਨੇ ਬਹੁਤ ਕੁਝ ਕੀਤਾ ਇਹਨਾਂ ਨੇ ਕਣਕ ਉਗਾਈ ਪਿਆਜ਼ ਉਗਾਇਆ ਸਬਜ਼ੀਆਂ ਉਗਾਇਆ ਸਪਿਆਜ਼ ਤੋਂ ਲੈ ਕੇ ਹਰ ਸਬਜ਼ੀ ਰਾਈ ਕੌਮ ਉਗਾਉਂਦੀ ਏ ਉਹ ਤੁਹਾਨੂੰ ਖਲਾਂਦੀ ਏ ਜਫਾਕੋਸ਼ ਕੌਮ ਹੈਗੀ ਏ ਔਰ ਤੁਹਾਡੇ ਪੂਰੇ ਪੰਜਾਬ ਨੂੰ ਰਾਈ ਜਿਹੜੀ ਕੌਮ ਹੈਗੀ ਏ ਉਸ ਜ਼ਿਆਦਾ ਜ਼ਿੰਮੇਦਾਰ ਨੇ ਉਹ ਜ਼ਿੰਮੇਦਾਰ ਇਸ ਕਰਕੇ ਹੋ ਗਏ ਜਦੋਂ ਵਾਪਸ ਮੁਹੰਮਦ ਬਿਨ ਕਾਸਮ ਚਲਾ ਗਿਆ ਤਾਂ ਉਹਨਾਂ ਨੇ ਵਾਸਤੇ ਕੋਈ ਵੀ ਸ਼ੋਭਾਨੀ ਸੀ ਜਿਹਦੇ ਚ ਰੋਟੀ ਖਾ ਸਕੀ ਉਹਨਾਂ ਨੇ ਕਿਹਾ ਯਾਰ ਇਹ ਜ਼ਮੀਨ ਸਰਖੇਜ਼ ਹੈਗੀ ਦੇਖੋ ਉਹ ਸਮਝਦਾਰ ਕਿੰਨੀ ਸੀ ਮੁਹੰਮਦ ਬੀਨ ਕਾਸਮ ਵੀ ਜਦੋਂ ਉੱਥੋਂ ਤੁਰਿਆ ਸੀਗਾ ਤੇ ਇਹ ਸੋਚ ਕੇ ਤੁਰਿਆ ਸੀ ਮੈਂ ਕਿਹੜੇ ਲੋਕੀ ਨਾਲ ਲੈ ਕੇ ਜਾਵਾਂ ਜਿਹੜੇ ਬੜੇ ਸਮਝਦਾਰ ਹੋਣ ਬੜੇ ਮਤਲਬ ਹੈ ਸ਼ੌਅਰ ਰੱਖਦੇ ਹੋਣ ਤੇ ਉਹ ਆਰੀਆ ਕੌਣ ਸੀ ਤੇ ਆਰੀਆ ਕੌਮ ਜਦੋਂ ਆ ਗਈ ਇੱਥੇ ਤੇ ਆਰੀਆ ਤਾਂ ਫਿਰ ਰਾਈਂ ਬਣੇ ਨਾ ਉੱਥੇ ਵੀ ਇਹਨਾਂ ਨੇ ਸਮਝਦਾਰੀ ਇਹ ਕੀਤੀ ਕਿ ਅਸੀਂ ਰੋਟੀ ਕਿੱਥੋਂ ਖਾਣੀ ਹੈ ਉਹ ਜ਼ਮੀਨਾਂ ਤੋਂ ਅਨਾਜ ਉਗਾਨ ਲੱਗਾ ਹੈ ਜ਼ਮੀਨਾਂ ਜਦੋਂ ਪਾਣੀ ਨਾਲ ਲਿਆ ਲਿਆ ਕੇ ਪਾਣੀ ਇਧਰੋਂ ਪਾਣੀ ਉਧਰੋਂ ਪਾਣੀ ਨਹਿਰਾਂ ਕਡੀਆਂ ਉਹ ਦਰਿਆਵਾਂ ਦੇ ਵਿੱਚੋਂ ਜਿਸ ਤਰ੍ਹਾਂ ਵੀ ਹੋ ਸਕਾ ਉਹਨਾਂ ਨੇ ਅਨਾਜ ਉਗਾਇਆ ਪੰਜਾਬ ਚ ਰਾਈ ਕੌਮ ਐਸੀ ਕੌਮ ਹੈ ਜਿਨੇ ਪਹਿਲੇ ਅਨਾਜ ਗੋਆ ਇੱਥੋਂ ਉਗਾਇਆ ਔਰ ਇੰਨਾ ਕ ਅਨਾਜ ਉਗਾਇਆ ਹੈ ਕਿ ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹਦੇ ਨਾਲ ਸਾਡੀ ਮਤਲਬ ਗੁਜ਼ਰੁਕਾਤ ਹੋ ਸਕਦੀ ਹੈ ਫਿਰ ਮੁxtਲਫ ਇਲਾਕਿਆਂ 'ਚ ਫੈਲ ਗਿਆ ਇਸ ਤਰ੍ਹਾਂ ਰਾਈ ਕੌਮ ਜਿਹੜੀ ਹੈ ਆਬਾਦੀ ਉਹਨਾਂ ਦੀ ਵਾਧ ਗਈ ਰਾਈ ਕੌਮ ਬੜੀ ਇਹਦੇ ਵਿੱਚ ਤੁਹਾਡੇ ਕਈ ਸਰਵਰਾ ਜ਼ਾਊ ਲਖਸਾਹ ਐਵੀ ਰਾਈ ਸੀ ਐ ਵਸੀਮ ਅਕਰਮ ਜਿਹੜਾ ক্রিকেট ਦਾ ਖਿਡਾਰੀ ਹੈ ਵੀ ਰਾਈ ਹੈ ਤੇ ਰਾਈ ਕੌਮ ਦੇ ਵਿੱਚ ਬੜੇ ਬੜੇ ਖਿਡਾਰੀ ਪੈਦਾ ਹੋਏ ਬੜੇ ਬੜੇ ਮਤਲਬ ਹੈ ਇਹਨਾਂ ਨੇ ਹਕੂਮਤਾਂ ਕੀਤੀਆਂ ਇੱਥੇ ਮੁਹੰਮਦ ਅਲੀ ਜਿਹੜਾ ਪਹਿਲਾ ਗੋਨਰ ਸੀ ਉਹ ਵੀ ਰਾਈ ਸੀ ਤੇ ਰਾਈਆਂ ਨੇ ਹਕੂਮਤਾਂ ਵੀ ਕੀਤੀਆਂ ਰਾਈ ਸਮਝਦਾਰ ਵੀ ਕੌਮ ਹੈ ਜਫਾ ਵੀ ਕੌਸ਼ਕਾਂ ਮੈਂ ਲੇਕਿਨ ਇੱਕ ਦੂਸਰੇ ਦੇ ਕੰਮ ਨਹੀਂ ਆਉਂਦੇ ਇਹਦੀ ਇੱਕ ਵਜ੍ਹਾ ਹੈਗੀ ਹੈ ਇਹਨਾਂ ਵਿੱਚ ਥੋੜੀ ਜਿਹਾ ਅਹਸਾਸੇ ਮਤਲਬ ਐ ਅਜੇ ਕਮਜ਼ੋਰੀ ਮੈਂ ਨਹੀਂ ਕਹਾਂਗਾ ਇਹ ਕਹਾਂਗਾ ਕਿ ਇੱਕ ਦੂਸਰੇ ਨੂੰ ਥੋੜਾ ਜਿਹਾ ਨਾ ਜੈਸੀ ਫੀਲ ਫੀਲ ਕਰਦੇ ਨੇ ਕਿ ਉਹ ਬੰਦਾ ਤਰੱਕੀ ਨਾ ਕਰ ਜਾਏ ਉਹ ਬੰਦਾ ਅੱਗੇ ਨਾ ਵਜ ਜਾਏ ਖੂਬਸੂਰਤ ਵੀ ਬਣੇ ਨੇ ਇਹਨਾਂ ਦੀਆਂ ਕੁੜੀਆਂ ਮੁੰਡੇ ਬੜੇ ਖੂਬਸੂਰਤ ਨੇ ਰਾਈਆਂ ਦੇ ਕਿਉਂਕਿ ਅਰਬ ਤੋਂ ਆਏ ਨੇ ਉੱਥੋਂ ਆਏ ਸੀ ਫਲਸਤੀਨ ਤੋਂ ਤੇ ਕੁਛ ਹੀ ਭਰਾ ਕਹਿੰਦੇ ਨੇ ਯਾਰ ਸਾਵਲਾ ਰਾਂਗੇ ਅਸੀਂ ਕਿੱਥੋਂ ਲੇਕਿਨ ਮੈਂ ਇਹਨਾਂ ਨੂੰ ਕਹਿੰਦਾ ਕਿ ਰਾਈ ਕੌਮ ਬੱਟਾ ਨਾਲੋਂ ਜ਼ਿਆਦਾ ਖੂਬਸ ਚਿੱਟੇ ਨੇ ਤੇ ਜ਼ਾਇਰਾ ਬੱਟ ਕੌਮ ਜਿਹੜੀ ਹੈ ਆਜ਼ਾਦ ਕਸ਼ਮੀਰ ਤੋਂ ਆਏ ਨੇ ਬਟ ਤੇ ਬੱਟ ਹਿੰਦੂਆ ਤੋਂ ਮੁਸਲਮਾਨ ਹੋ ਕੇ ਇਦਨੋਂ ਇਹਨਾਂ ਦਾ ਮੈਂ ਜ਼ਿਕਰ ਫੇਰ ਤੁਹਾਨੂੰ ਇਨਸ਼ਾਅੱਲਾ ਕਰਾਂਗਾ ਲੇਕਿਨ ਅੱਜ ਤੁਹਾਡੇ ਸਾਹਮਣੇ ਇੱਕ ਰਾਈ ਬਰਾਦਰੀ ਦੇ ਤਸਕਰੇ ਨਾਲ ਤੁਹਾਨੂੰ ਅਸੀਂ ਕੁਝ ਇਨਫੋਰਮੇਸ਼ਨ ਦੇਾਂਗੇ ਇਹ ਰਾਈ ਕੌਮ ਕੈਸੀ ਹੈ ਐਨ ਐਸ ਮੁਲਕ ਤੇ ਕਿੰਨੀ ਹਕੂਮਤ ਕੀਤੀ ਇਹਨਾਂ ਦੇ ਮਤਲਬ ਹੈ ਕਿਹੜੇ ਕਿਹੜੇ ਲੋਕ ਸੀਗੇ ਇਥੇ ਜਿਨ੍ਹਾਂ ਨੇ ਆ ਕੇ ਇਥੇ ਪੈਦਾਵਾਰ ਕੀਤੀ ਤੇ ਬڑے ਬڑے ਜ਼ਿਮੀਂਦਾਰ ਪੈਦਾ ਕੀਤੇ ਇਹਨਾਂ ਕੋਲੋਂ ਅੰਗਰੇਜ਼ ਨੂੰ ਪਤਾ ਸੀਗਾ ਕਿ ਇਹ ਲੋਕ ਬਣੇ ਜਫਾਕਸ਼ ਨੇ ਬੜੇ ਮਤਲਬ ਹੈ ਕੰਮ ਕਰਨ ਵਾਲੇ ਆ ਇਹਨਾਂ ਨੂੰ ਜ਼ਗੀਰਾਂ ਦਿੱਤੀਆਂ ਮਰਬੇ ਦਿੱਤੇ ਅੱਜ ਉੱਥੇ ਚਲੇ ਜਾਣਾ ਤੁਸੀਂ ਫੈਸਲਾਬਾਦ ਦੇ ਕੋਲ ਉੱਥੇ 4-4 ਮਰਬਿਆਂ ਦੇ 5-5 ਕੋਈ ਮਰਬਿਆਂ ਦੇ ਕੋਈ 20-20 ਮਰਬਿਆਂ ਦੇ ਮਾਲਕ ਨੇ ਉੱਥੇ ਕਿੰਨੂ ਮਾਲਟਾ ਇਹ ਨਾ ਹੁੰਦਾ ਕਿਸੇ ਦੀ ਗੱਲ ਨਹੀਂ ਟੋਬਾ ਟੈਕਸਿੰ ਚਲੇ ਜਾਓ ਉੱਥੇ ਬੜਾ ਕਿੰਨੂ ਮਾਲਟਾ ਤੁਹਾਨੂੰ ਨਜ਼ਰ ਆਏਗਾ ਹਰ ਬਾਗ 'ਚ ਕਿੰਨੂ ਮਾਲਟਾ ਜਿਹੜਾ ਵੀ ਪੰਜਾਬ ਤੋਂ ਆਉਂਦਾ ਉਹ ਟੋਬਾ ਟੈਕਸਿੰ ਤੋਂ ਫੈਸਲਾਬਾਦ ਤੋਂ ਆਉਂਦਾ ਜ਼ਿਆਦਾ ਅੰਬ ਜਿਹੜਾ ਤੁਹਾਨੂੰ ਪਤਾ ਮਲਤਾਨ ਤੋਂ ਆਉਂਦਾ ਲੇਕਿਨ ਇਹਨਾਂ ਸਿਆਲਕੋਟ ਤੋਂ ਐਜ਼ਨੋ ਫੈਸਲਾਬਾਦ ਤੋਂ ਜ਼ਿਆਦਾ ਕਿੰਨੂ ਮਾਲਟਾ ਆਂਦਾ ਔਰ ਕਰੋਨਾ ਨਾਲ ਚੈਨਾਂ ਦੇ ਬਾਗ ਵਿਕਦੇ ਨੇ ਇਹ ਸਾਰੀ ਰਾਈ ਬਰਾਦਰੀ ਫਲ ਵੀ ਉਗਾਂਦੀ ਏ ਸਬਜ਼ੀਆਂ ਵੀ ਉਗਾਂਦੀ ਏ ਕਣਕ ਵੀ ਚਾਵਲ ਵੀ ਮੱਕਈ ਵੀ ਇਹ ਸਾਰੀ ਕੌਮ ਜਿਹੜੀ ਸਾਡੀ ਇਹ ਰਾਈ ਕੌਮ ਹੈ ਇਹ ਚੀਜ਼ਾਂ ਉਗਾਂਦੀ ਏ ਸਾਡ ਨੂੰ ਪਹਚਾਣਦੀ ਏ ਸਾਡੇ ਦੂਸਰੇ ਸੂਬੇ ਵੀ ਖਾਂਦੇ ਨੇ ਤੇ ਬੜੀ ਚੰਗੀ ਗੱਲ ਹੈਗੀ ਏ ਇਹ ਹੋਣਾ ਵੀ ਚਾਹੀਦਾ ਬਾਹਰ ਲਗਾ ਸ਼ਹਿਰਾਂ ਦੇ ਵਿੱਚ ਰਾਈ ਬਰਾਦਰੀ ਜਿਹੜੀ ਹੈ ਨਾ ਬੜੀ ਸਮਝਦਾਰੀ ਨਾਲ ਕੰਮ ਲੰਦੀ ਏ ਬੱਚੇ ਪੜਾਉਂਦੇ ਨੇ ਆਪਣੇ ਸਮਝਦਾਰੀ ਨਾਲ ਲੇਕਿਨ ਲੜਦੇ ਲੜਦੇ ਕਿਸੇ ਨਾਲ ਨਹੀਂ ਜ਼ਿਆਦਾ ਔਰ ਅਮਨ ਤੁਹਾਨੂੰ ਪੱਲੇ ਵੀ ਅਰਜ਼ ਕੀਤੀ ਹੈ ਕਿ ਅਮਨ ਪਸੰਦ ਕੌਮ ਹੈਗੀ ਏ ਇਹ ਜ਼ਿਆਦਾ ਲੜਾਈ ਝਗੜੇ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਤੁਹਾਨੂੰ ਮੈਂ ਸ਼ੇਅਰ ਕਿ ਯਾਦ ਦੁਆਇਆ ਸੀਗਾ ਕਿ ਜੇ ਪੁੱਤਰ ਹੈ ਸਾਈਂ ਦਾ ਵਸਾ ਨਾ ਖਾਈ ਰਾਈ ਦਾ ਉਹ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਨਾ ਉਹ ਇੱਕ 200 ਨੂੰ ਲੈ ਗਿਆ ਕਿ ਯਾਰ ਉਹ ਫਰਾਂਜ ਜਗ੍ਹਾ ਤੇ ਲੜਾਈ ਸਾਡੀ ਹੋ ਗਈ ਏ ਤੂੰ ਮੇਰੇ ਨਾਲ ਚੱਲ ਜਦੋਂ ਚੱਲਣ ਲੱਗਾ ਉਹ ਤੋਂ ਇੱਕ ਹੋਰ ਬੰਦਾ ਮਿਲ ਗਿਆ ਉਹਨੇ ਕਿਹਾ ਇਹ ਕਿਨੂੰ ਲੈ ਕੇ ਚੱਲਣਾ ਕਹਿੰਦਾ ਯਾਰ ਮੇਰਾ ਦੋਸਤ ਹੈਗਾ ਕਹਿੰਦਾ ਜੀ ਐ ਦੀ ਜ਼ਾਤ ਕੀ ਕਹਿੰਦਾ ਇਹ ਰਾਈਆਂ ਰਾਈ ਪੁੱਤਰ ਹੈਗਾ ਮੇਰੇ ਨਾਲ ਚੱਲਿਆ ਸਾਡੀ ਫਰਾਂਜ ਜਗ੍ਹਾ ਲੜਾਈ ਉਹਨੇ ਕਹਿੰਨੇ ਉਹਨੂੰ ਨਹੀਂ ਜਾਈ ਉਹਨੇ ਮੇਰੇ ਕੋਲ ਸ਼ੇਰ ਪੜਿਆ ਜੇ ਪੁੱਤਰ ਹੈ ਸਾਈ ਦਾ ਵਸਾਣਾ ਖਾਈ ਰਾਈਂਦਾ ਇਹਦੇ ਤੇਰੇ ਨਾਲ ਨਸ ਹੈਗਾ ਤੂੰ ਇਹ ਨਹੀਂ ਲੜਣਾ ਨੂੰ ਨਾ ਇਹ ਵਜਾ ਗਈ ਸੀ ਇਹ ਥੋੜੀ ਜੀ ਮਨਨ ਮੈਂ ਹਿਸਟਰੀ ਦੱਸੀ ਹੈ ਇੱਕ ਸ਼ੇਰ ਦਾ ਹਵਾਲਾ ਦਿੱਤਾ ਭਰਲ ਅੱਛੀ ਗੱਲ ਹੈਗੀ ਲੜਨਾ ਕੋਈ ਅੱਛੀ ਗੱਲ ਨਹੀਂ ਹੈ ਲੜਾਈ ਭਾਵੇਂ ਘਰ ਚ ਹੋਵੇ ਭਾਵੇਂ ਮੱਲੇ ਚ ਹੋਵੇ ਭਾਵੇਂ ਤੁਹਾਡੇ ਮੁਲਕ ਚ ਹੋਵੇ ਉਹ ਹਿੰਦੀ ਤੇ ਬੁਰੀ ਹੈ ਉਸੇ ਵਿੱਚ ਨੁਕਸਾਨ ਹੀ ਹੈ ਤੁਸੀਂ ਆਪੇ ਟੀਵੀ ਚ ਵੇਖਦੇ ਹੋ ਫਲਾਣ ਜਗ੍ਹਾ ਲੜਾਈ ਹੋ ਗਈ ਗੋਲੀ ਚੱਲ ਗਈ ਕੀ ਹੋਇਆ ਕੀ ਫਾਇਦਾ ਹੋਇਆ ਦੱਸੋ ਨਾ ਮੰਨੂ ਇੱਕ ਮਾਮੂਲੀ ਮਾਮੂਲੀ ਗੱਲ ਤੇ ਵੀ ਲੜਾਈ ਹੋ ਪੰਦੀ ਹੈ ਇਹ 10 ਰੁਪਏ ਦੇ ਬਰਫ ਤੇ ਵੀ ਕਈ ਕਤਲ ਹੋ ਗਏ ਨੇ ਫੁਲਾਣੇ ਨੇ ਮੇਰੇ 20 ਰੁਪਏ ਦੇ ਨੇ ਸੋਤੇ ਵੀ ਕਤਲ ਹੋ ਗਏ ਨੇ ਲੇਕਿਨ ਤੁਸੀਂ ਰਾਈਆਂ ਚ ਘਟ ਸੁਣਿਆ ਹੋਇਆ ਹੈ ਰਾਈਆਂ ਦੇ ਵਿੱਚ ਇਹ ਵਾਰਦਾਤਾ ਘੱਟ ਤੁਸੀਂ ਸੁਣੋਗੇ ਮੇਰੀ ਗੱਲ ਨੂੰ ਹਕੀਕਤ ਸਮਝੋ ਕਿਤੇ ਤੁਸੀਂ ਹਿਸਟਰੀ ਜਿਹੜੇ ਬਣੇ ਸੁਣਨ ਵਾਲੇ ਭੈਣ ਭਰਾ ਨੇ ਜਿਹੜੇ ਪਿੰਡਾਂ 'ਚ ਬੈਠੇ ਨੇ ਸ਼ਹਿਰਾਂ 'ਚ ਬੈਠੇ ਨੇ ਜਾਂ ਬੋਰਡ 'ਤੇ ਬਾਬੇ ਬੈਠੇ ਨੇ ਉਹ ਵੀ ਮੇਰੀ ਗੱਲ ਨੂੰ ਐਗਰੀ ਕਰਨਗੇ ਤੇ ਮੇਰੇ ਸੋਹਣੇ ਭੈਣ ਭਰਾਓ ਇਹ ਅਸੀਂ ਲੋਕ ਬੜੇ ਅਮਨਪਸੰਦ ਲੋਕ ਸੀਗੇ ਰਾਈ ਕੌਮ ਇਹਨਾਂ ਦੇ ਵਿੱਚ ਇੱਕ ਖਾਸੀਅਤ ਇਹ ਵੀ ਰਹੀਏ ਕਿ ਇਹਨਾਂ ਨੇ ਬੜੀ ਸਮਝਦਾਰੀ ਤੁਸੀਂ ਹੁਣ ਸਮਝਦਾਰੀ ਦੀ ਗੱਲ ਹੈਗੀਏ ਪਿਆਜ਼ ਪਿਆਜ਼ ਨਾਲ ਵੀ ਰੋਟੀ ਖਾ ਲੈਂਦੇ ਆ ਇਹ ਲੋਕੀ ਕਹਿੰਦੇ ਨਾ ਜੀ ਰਾਈ ਕੌਮ ਜਿਹੜੀ ਹੈ ਨਾ ਉਹ ਪਿਆਜ਼ ਬੜਾ ਖਾਂਦੀ ਏ ਇੱਕ ਵਾਰ ਰੇਡੀਓ ਪਾਕਿਸਤਾਨ ਚ ਨਿਜ਼ਾਮਦੀਨ ਦਾ ਪ੍ਰੋਗਰਾਮ ਚੱਲਦਾ ਸੀ ਨਿਜ਼ਾਮਦੀਨ ਦੇ ਪਰੋਜ਼ਰ ਨਿਜ਼ਾਮਦੀਨ ਬੇਸਿਕਲ ਜੱਟੇਗਾ ਸੀ ਨਜ਼ਾਮਦੀਨ ਦੇ ਪ੍ਰੋਗਰਾਮ ਚ ਉਹਨੇ ਕਿਹਾ ਜੀ ਰਾਈਆਂ ਦੀ ਹਕੂਮਤ ਆ ਗਈ ਸਿਆਉ ਲੱਕ ਰਾਈ ਸੀ ਨਾ ਉਹਨੇ ਕਿਹਾ ਗੰਡੇ ਪੁੱਟਣ ਵਾਲੀ ਕੌਮ ਆ ਗਈ ਉਹਦਾ ਪ੍ਰੋਗਰਾਮ ਬੰਦ ਕਰਤਾ ਸੀ ਹਕੀਕਤ ਹੈਗੀ ਐ ਰਾਈ ਕੌਮ ਸਮਝਦਾ ਰਿਆ ਮਤਲਬ ਉਹ ਘਰ ਚ ਕੁਛ ਨਹੀਂ ਨਾ ਗੰਡੇ ਜ਼ਰੂਰ ਡੰਡੇ ਨਾਲ ਰੋਟੀ ਖਾਣਗੇ ਇਹ ਪਰਵਾਹ ਨਹੀਂ ਕਰਦੇ ਕਿ ਸਾਲਣ ਪਕਾਓ ਫਲਾ ਕਰੋ ਨਹੀਂ ਇਹ ਅੰਡੇ ਵੀ ਘਾਟੀ ਖਾਂਦੇ ਨੇ ਇਹਨਾਂ ਦੇ ਘਰਾਂ ਦੇ ਵਿੱਚ ਵੀ ਨਾ ਮਤਲਬ ਬੇਸਿਕਲੀ ਉਹ ਰਾਤ ਦਾ ਸਾਲਣ ਜਾਂ ਕੋਈ ਅੰਡਾ ਪਿਆਜ਼ ਵਗੈਰਾ ਨਾ ਉਹ ਤਵੇ ਤੇ ਟੁੜਗ ਲੈਂਦੇ ਨੇ ਉਹ ਤਵੇ ਤੇ ਟੁੜਗ ਕੇ ਪਰੌੜੇ ਨਾ ਖਾ ਲੇ ਤਾਂ ਚਾਰ ਰੱਖ ਲਿਆ ਇਹਦੇ ਨਾਲ ਰੋਟੀ ਖਾ ਲੈਂਦੇ ਨੇ ਤੇ ਪਿੰਡਾਂ ਦੇ ਵਿੱਚ ਤੁਸੀਂ ਚਲੇ ਜਾਓ ਤੇ ਯਕੀਨਨ ਤੁਸੀਂ ਵੇਖਿਆ ਹੋਏਗਾ ਜਾਂ ਮੈਂ ਮੈਂ ਤਾਂ ਵੇਖਿਆ ਮੈਂ ਤਾਂ ਪਿੰਡਾਂ ਦੀ ਸਰਵੇ ਕੀਤਾ ਮੈਂ ਜਾਣਦਾ ਰਹਿਣਾ ਮਤਲਬ ਇਹਹੀ ਚੀਜ਼ ਜਿਹੜੀ ਦੇਖਣ ਵਾਲੀ ਹੁੰਦੀ ਹੈ ਇਨਸਾਨ ਨੂੰ ਬਾਹਰ ਨਿਕਲ ਕੇ ਦਿਖਣੀ ਚਾਹੀਦੀ ਹੈ ਦੂਸਰੀਆਂ ਕੌਮਾਂ ਕੀ ਖਾਂਦੀਆਂ ਪੀਂਦੀਆਂ ਨੇ ਉਹ ਜ਼ਿੰਮੇਵਾਰੀ ਕਰਦੇ ਨੇ ਉਹ ਜਿਹੜੀਆਂ ਸਾਡੀਆਂ ਭੈਣਾਂ ਆਪਣੇ ਖਾਵਲਾ ਵਾਸਤੇ ਸਵੇਰੇ ਰੋਟੀ ਲੈ ਕੇ ਜਾਂਦੀਆਂ ਉਹ ਦੇਸੀ ਕਿਉਂ ਰੋਟੀ ਚੋਪੜੀ ਹੋਏਗੀ ਉੱਤੇ ਗੰਡਾ ਪਿਆਜ਼ ਦਾ ਜ਼ਰੂਰ ਹੋਏਗਾ ਥੋੜਾ ਜਿਹਾ ਚਾਰ ਹੋਏਗਾ ਯਾਰ ਸਾਲਾਂ ਬੱਚਿਓ ਆਏਗਾ ਤੇ ਹੋਏਗਾ ਵਰਨਾ ਨਹੀਂ ਵਰਨਾ ਉਹ ਜਿਹੜਾ ਜ਼ਿੰਮੇਦਾਰ ਹੈ ਉਹ ਇਹਦੇ ਨਾਲ ਹੀ ਗੁਜ਼ਾਰਾ ਕਰ ਲਏਗਾ ਤੇ ਪਿਆਜ਼ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਸਾਰੀਆਂ ਬਿਮਾਰੀਆਂ ਦੀ ਜੜ ਜੜੀ ਹੈ ਨਾ ਉਹ ਪਿਆਜ਼ ਪਿਆਜ਼ ਖਾ ਲੋ ਤੁਹਾਨੂੰ ਕੋਈ ਬਿਮਾਰੀ ਨਹੀਂ ਹੋਏਗੀ ਨਾ ਸ਼ੂਗਰ ਨਾ ਬਲੱਡ ਪ੍ਰੈਸ਼ਰ ਕੁਝ ਨਹੀਂ ਹੋਏਗਾ ਤੁਸੀਂ ਅਕਸਰ ਵੇਖਿਆ ਇਹ ਜ਼ਿਮੀਦਾਰਾਂ ਨੂੰ ਕੋਈ ਬਲੱਡ ਪ੍ਰੈਸ਼ਰ ਸ਼ੂਗਰ ਨਹੀਂ ਹੁੰਦਾ ਉਹਦੀ ਵਜ੍ਹਾ ਹੈਗੀ ਪਿਆਜ਼ ਬੜਾ ਖਾਂਦੇ ਨੇ ਇਹ ਕਰੋਨਾ ਦੇ ਵਿੱਚ ਵੀ ਇੱਕ ਤੁਹਾਨੂੰ ਮੈਂ ਮਿਸਾਲ ਦਿੱਤੀ ਸੀ ਇੱਕ ਬੀਬੀ ਨੂੰ ਅਮਰੀਕਾ 'ਚ ਕਰੋਨਾ ਹੋ ਗਿਆ ਉਹਨੇ ਪੁੱਛਿਆ ਬੀਬੀ ਤੂੰ ਕਰੋਨਾ ਤੈਨੂੰ ਹੋ ਗਿਆ ਤੇ ਕਿਹੜੀ ਦਵਾਈ ਖਾਂਦੀ ਰਹੀ ਉਹਨੇ ਕਿਹਾ ਮੈਂ ਦਵਾਈ ਕੋਈ ਨਹੀਂ ਖਾਦੀ ਮੈਂ ਸਿਰਫ ਪਿਆਜ਼ ਖਾਦਾ ਕੋਈ ਇੱਕ ਹਫਤਾ ਤੇ ਮੇਰਾ ਕਰੋਨਾ ਖਤਮ ਹੋ ਗਿਆ ਮੈਨੂੰ ਇਹ ਪਿਆਜ਼ 'ਚ ਕਿੰਨੀ ਤਾਸੀਰ ਹੈਗੀ ਹੈ ਅਸੀਂ ਲੋਕ ਇਹ ਚੀਜ਼ਾਂ ਨਹੀਂ ਸਮਝਦੇ ਲੇਕਿਨ ਹੁਣ ਲੋਕੀ ਖਾਂਦੇ ਨੇ ਸਲਾਦ ਦੇ ਨਾਲ ਪਿਆਜ਼ ਲਾਜ਼ਮੀ ਖਾਂਦੇ ਨੇ ਇਹ ਕੌਮ ਰਾਹੀਂ ਕੌਮ ਨੇ ਇਹਨੂੰ ਪ੍ਰੋਡਿਊਸ ਕੀਤਾ ਹੈ ਪਿਆਜ਼ ਨੂੰ ਪਿਆਜ਼ ਖਾਣਾ ਚਾਹੀਦਾ ਤੇ ਬੜੀ ਚੰਗੀ ਗੱਲ ਹੈ ਇਹੋ ਜੀਆਂ ਚੀਜ਼ਾਂ ਜਿਹੜੀਆਂ ਹਨ ਸਾਡੇ ਲੋਕਾਂ ਨੂੰ ਅਮਲ ਕਰਨਾ ਚਾਹੀਦਾ ਹੈ ਇਹਨਾਂ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਪਿਆਜ਼ ਤੁਸੀਂ ਖਾ ਲਓ ਤੁਹਾਨੂੰ ਬਿਮਾਰੀ ਨਹੀਂ ਕੋਈ ਲੱਗੇਗੀ ਮਾਸ਼ਾਅੱਲਾ ਤੰਦਰੁਸਤ ਰਹੋਗੇ ਅਕਸਰ ਵੇਖਿਆ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਨਾ ਉਹਦੇ ਹੱਥ ਕੰਮਣ ਲੱਗ ਜਾਂਦੇ ਨੇ ਉਹ ਜਦੋਂ ਪਿਆਜ਼ ਖਾਂਦੇ ਹਨ ਉਹ ਸਾਰਾ ਠੀਕ ਹੋ ਜਾਂਦਾ ਉਸੇ ਟਾਈਮ ਠੀਕ ਹੋ ਜਾਂਦਾ ਪਿਆਜ਼ ਫੜਾ ਫੜ ਕੱਟਦਾ ਮੂੰਹ 'ਚ ਪਾਉਂਦਾ ਉਹ ਠੀਕ ਹੋ ਜਾਂਦਾ ਇਸ ਕਰਕੇ ਐਸ ਕੌਮ ਨੇ ਇਹ ਜਿਹੜੀਆਂ ਸਮਝਦਾਰੀ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਐਸ ਕੌਮ ਦੇ ਬੜੀਆਂ ਮਤਲਬ ਹੈ ਇਹਨਾਂ ਇਹਨਾਂ ਵਿੱਚ ਹੈਗੀਆਂ। ਬਾਕੀ ਦੂਸਰੀਆਂ ਕੌਮਾਂ ਹੈਗੀਆਂ ਮੁਗਲ ਹੈ ਰਾਜਪੂਤ ਨੇ ਜੱਟ ਨੇ ਜੱਟਾਂ ਦੇ ਵਿੱਚ ਵੀ ਜਿਹੜੀ ਹੈਗੀ ਉਹ ਕਈ ਨਾ ਤੁਹਾਨੂੰ ਦੱਸਾਂਗਾ ਫਿਰ ਕਿਸੇ ਟਾਈਮ ਟਾਈਮ ਦੇ ਵਿੱਚ ਇਨਸ਼ਾਅੱਲਾ ਜੱਟ ਮੁਗਲ ਰਾਜਪੂਤ ਤੇ ਇਹਨਾਂ ਕੌਮਾਂ ਜੱਟ ਜੀ ਕਈ ਕੌਮਾਂ ਨੇ ਉਹ ਵੀ ਦੱਸਾਂਗਾ ਤੁਹਾਨੂੰ ਲੇਕਿਨ ਅੱਜ ਤੁਹਾਨੂੰ ਇੰਟਰੋਡਿਊਸ ਕਰਾਇਆ ਥੋੜਾ ਜਿਹਾ ਰਾਈਆਂ ਦੇ ਮੁਤਲਕ ਤੇ ਮੇਰੇ ਸੋਨੇ ਪਿਆਣ ਬਰਾਓ ਅਸੀਂ ਤੁਹਾਨੂੰ ਜਿਹੜੀ ਗੱਲ ਕਰਾਂਗੇ ਕਿ ਗੱਦੇ ਨਜ਼ਦੀਕ ਕਰਾਂਗੇ ਉਹ ਦੂਸਰੀ ਗੱਲ ਹੈਗੀ ਐ ਇਹ ਪ੍ਰੋਗਰਾਮ ਨੂੰ ਸੁਣਿਆ ਕਰੋ ਗੌਰ ਕਰਿਆ ਕਰੋ ਮਾਸ਼ਾਅੱਲਾ ਅਸੀਂ ਤੁਹਾਨੂੰ ਵਜ਼ੀਰੇ ਆਲਾ ਦਾ ਦੱਸਿਆ ਸੀ ਹਸਪਤਾਲਾਂ 'ਚ ਛਾਪੇ ਪੈ ਰਹੇ ਨੇ ਔਰ ਹਸਪਤਾਲ ਠੀਕ ਹੋ ਰਹੇ ਨੇ ਬੜੀ ਸੋਹਣੀ ਗੱਲ ਹੈਗੀ ਐ ਇਹ ਵਜ਼ੀਰੇ ਆਲਾ ਮੋਸਲ ਨਕਵੀ ਸਾਹਿਬ ਤੱਕ ਸਾਡੀ ਗੱਲ ਪਹੁੰਚ ਗਈ ਹੈ ਔਰ ਉਹਨਾਂ ਨੇ ਇੱਕ ਹੋਰ بڑا ਸੋਨਾ ਕੰਮ ਕੀਤਾ ਉਹਨਾਂ ਨੇ 60 ਸਾਲ ਤੋਂ ਬਾਅਦ ਜਿੰਨੇ ਲੋਕ ਨੇ ਨਾ ਉਹਨਾਂ ਦਾ ਸਫ਼ਰ ਫ੍ਰੀ ਕਰ ਦਿੱਤਾ ਹੈ ਬਸਾਂ ਦੇ ਵਿੱਚ ਉਹਨਾਂ ਦਾ ਸਫ਼ਰ ਉਹਨਾਂ ਫ੍ਰੀ ਹੋਏਗਾ ਇਨਸ਼ਾਅੱਲਾ ਉਹਨਾਂ ਦੇ ਕਾਰਡ ਬੰਡੇ ਸ਼ੁਰੂ ਹੋ ਜਾਣਗੇ ਜਿਹੜੀ ਅਸੀਂ ਗੱਲ ਕੀਤੀ ਹੈ ਉੱਥੇ ਤੱਕ ਪਹੁੰਚਦੀ ਪਈ ਹੈ ਉਹ ਸਾਨੂੰ ਬੜੀ ਖੁਸ਼ੀ ਹੈ ਕਿ ਉਹਦੇ ਤੇ ਅਮਲ ਹੋ ਰਿਹਾ ਹੈ ਹਾਲਾਂਕਿ ਨੈਸ਼ਨਲ ਚੈਲੰਜ ਵੈਬ ਚਲਨ ਉਹ ਅਸੀਂ ਗੱਲ ਕੋਈ ਨਹੀਂ ਕਰਦੇ ਸਾਡੀ ਗੱਲ ਜਿਹੜੀ ਪਹੁੰਚਦੀ ਹੈ ਉਹਨਾਂ ਦੇ ਨਜ਼ਦੀਕ ਹੁੰਦੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦਾ ਸਫਰ ਫ੍ਰੀ ਹੋਏਗਾ ਤੇ ਮੇਰੇ ਸੋਹਣੇ ਭੈਣ ਭਰਾਓ ਇਨਸ਼ਾਅੱਲਾ ਅਸੀਂ ਤੁਹਾਡੇ ਮੁਫਾਦ ਵਾਸਤੇ ਤੁਹਾਡੇ ਤੁਹਾਡੀ ਉਹ ਚੀਜ਼ਾਂ ਜਿਹੜੇ ਜਿਹੜੇ ਪਰੇਸ਼ਾਨ ਨੂੰ ਤਕਲੀਫ ਹੈ ਉਹਨੂੰ ਦੂਰ ਕਰਾਂਗੇ ਦੂਰ ਕਰਨ ਵਾਸਤੇ ਪੰਜਾਬ ਕਲਚਰ ਤੁਹਾਡੇ ਵਾਸਤੇ ਹਾਜ਼ਰ ਰਹੇਗਾ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਨੂੰ ਸਹੂਲਤਾਂ ਆਈਆਂ ਲੈਂਦੇ ਪੰਜਾਬ ਨੂੰ ਵੀ ਸਹੂਲਤਾਂ ਹੋਣੀ ਚਾਹੀਦੀਆਂ ਤੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਜ਼ਰੂਰ ਵੇਖਿਆ ਕਰੋ ਇਹਦੇ ਵਿੱਚ ਅਮਲ ਕਰਿਆ ਕਰੋ ਕਿਉਂਕਿ ਵੇਖੋ ਹਸਪਤਾਲਾਂ ਦਾ ਵੀ ਕੰਮ ਠੀਕ ਹੋ ਗਿਆ ਤੇ ਟਰਾਂਸਪੋਰਟ ਦਾ ਵੀ ਤੁਹਾਨੂੰ ਗਿਆਨ ਅਸੀਂ ਟਰਾਂਸਪੋਰਟ ਦੇ ਮਤਲਿਕ ਪਿਛਲੀ ਕਿਸ ਦੇ ਵਿੱਚ ਦੱਸਿਆ ਸੀਗਾ ਕਿ ਬੜੀਆਂ ਮੁਸ਼ਕਲਾਂ ਲੋਕਾਂ ਨੂੰ ਹੋ ਗਈਆਂ ਤੇ ਉਹਨਾਂ ਨੇ 60 ਸਾਲ ਦੀ ਉਮਰ ਦੇ ਬਾਅਦ ਹਰ ਬੰਦੇ ਨੂੰ ਹਰ ਬੀਬੀ ਨੂੰ ਟਰਾਂਸਪੋਰਟ ਫ੍ਰੀ ਕਰਤੀ ਹੈ ਤੇ ਇਹ ਬੜੀ ਸੋਹਣੀ ਗੱਲ ਹੋਈ ਹੈ ਤੇ ਮੋਸੇ ਲਖਵੀਰ ਸਾਹਿਬ ਇਹੋ ਜੇ ਕੰਮ ਕਰਦੇ ਰਹੋ ਇਹੋ ਜੇ ਵਜ਼ੀਰੇ ਆਲਾ ਪੰਜਾਬ 'ਚ ਹੋਣੇ ਚਾਹੀਦੇ ਨੇ ਉਹੋ ਜਿਹੇ ਪੁਜਦਾਰ ਵਰਗੇ ਨਹੀਂ ਹੋਣੇ ਚਾਹੀਦੇ ਜਿਹੜੇ ਸਭ ਕੁਝ ਖਾ ਪੀ ਕੇ ਤੇ ਕਪੜਾ ਝਾੜ ਕੇ ਤੁਰ ਗਏ ਪਤਾ ਨਹੀਂ ਚੱਲਿਆ ਕਿਹੜੀ ਕੌਮ ਸੀ ਕਿਹੜੇ ਲੋਕ ਸੀ ਕਿੱਥੋਂ ਆਏ ਸੀ ਕਿੱਥੋਂ ਨਹੀਂ ਆਏ ਸੰਦੇ ਵੀ ਨਹੀਂ ਪਤਾ ਉਹਨਾਂ ਦੀ ਜ਼ਾਤ ਕੀ ਸੀ ਉਹ ਕਿੱਥੋਂ ਨਿਕਲੇ ਸੀ ਤੇ ਕਿੱਥੇ ਆ ਗਏ ਪੰਜਾਬ ਦੇ ਵਜ਼ੀਰੇ ਆਲਾ ਬਣ ਗਏ ਬਹਾਰਾਂ ਦੇ ਗੱਲਾਂ ਕਰਨਦੀਆਂ ਨਹੀਂ ਮੋਕੇ ਨਾਂਗੇ ਤੋ ਵਾਲੇ ਇਹ ਹੋਕੇ ਪੜਨਦੀਆਂ ਨਹੀਂ ਲੋ ਮੇਰੇ ਸੋਹਣੇ ਭੈਣ ਭਰਾਓ ਨਾਜ਼ਰੀਨ ਅਸੀਂ ਹੁਣ ਅਗਲੇ ਪ੍ਰੋਗਰਾਮ ਚ ਤੁਹਾਡੇ ਮੁਸ਼ਕਿਲ ਤੁਹਾਡੇ ਵਾਸਤੇ ਆਸਾਨੀ ਪੈਦਾ ਕਰਨ ਵਾਸਤੇ ਫਿਰ ਕੋਈ ਮੌਜੂ ਲਿਆਵਾਂਗੇ ਜਿਹਦੇ ਵਿੱਚ ਤੁਹਾਨੂੰ ਆਸਾਨੀਆਂ ਪੈਦਾ ਹੋਣ ਤੁਹਾਡੀਆਂ ਮੁਸ਼ਕਿਲਾਂ ਹੱਲ ਹੋਣ ਕੁਝ ਤੇ ਮੁਸ਼ਕਿਲਾਂ ਹੱਲ ਹੋ ਰਹੀਆਂ ਨਾ ਤੇ ਇਨਸ਼ਾਅੱਲਾ ਅਗਲੇ ਅੱਗੇ ਵੀ ਹੋਣਗੀਆਂ ਤੋਂ ਨਾਜ਼ਰੀਨ ਡੀਐਮਐਚ ਨਿਊਜ਼ ਤੋਂ ਪੰਜਾਬ ਕਲਚਰ ਤੋਂ ਰੋਮੀਓ ਜਾਲਮ ਨੂੰ ਇਜਾਜ਼ਤ ਦਿਓ ਜਿੰਦੇ ਰਹੋ ਤੇ ਵਸਦੇ ਰਹੋ